ਉਹ ਜਿਹੜੀ ਗੱਲ ਤੁਸੀਂ ਕੰਗੜਾ ਲੋਟਜੀ ਦੀ ਪੁੱਛੀ ଥି ਹੈ ਆਪਣੀ ਰਿਸਪੈਕਟਡ ਡਾਟਰ ਆਫ ਇੰਡੀਆ ਔਰ ਜਿਹੜੀ ਧੀ ਨੇ ਥੱਪੜ ਮਾਰਿਆ ਉਹ ਵੀ ਰਿਸਪੈਕਟਡ ਗੱਲ ਤੁਸੀਂ ਇਹ ਪੁੱਛਣਾ ਚਾਹ ਰਹੇ ਸੀ ਨਾ ਪਗੋਲ ਮੋਲ ਨਹੀਂ ਕਰਨੀ ਮੈਂ ਇਹ ਸਾਰਿਆਂ ਨੂੰ ਗੱਲ ਪੁੱਛਣਾ ਚਾਹਨਾ ਤੁਸੀਂ ਆਪਣੇ ਬੇਟੇ ਦੇ ਬੇਟੀ ਨੂੰ ਕੀ ਸਿਖਾਇਆ ਤੁਸੀਂ ਮੇਰੇ ਬੱਚੇ ਆ ਕੇ ਮਿਲਿਓ ਮੇਰੇ ਦੋ ਵਿਆਹ ਨੇ ਚਾਰ ਮੇਰੇ ਬੱਚੇ ਨੇ ਮੇਰਾ ਪਰਿਵਾਰ 70 ਬੰਦਿਆਂ ਦਾ ਹੈ ਉਹ ਸਾਰੇ ਮੈਨੂੰ ਬਾਈ ਜੀ ਕਹਿੰਦੇ ਤੁਸੀਂ ਉਹਨਾਂ ਨੂੰ ਮਿਲਣਾ ਤੁਸੀਂ ਦੇਖਿਓ ਤੁਹਾਨੂੰ ਕਿਸ ਤਰ੍ਹਾਂ ਬੁਲਾਉਂਦੇ ਐ ਉਹਨਾਂ ਚ ਮਿਠਾਸ ਉਹਨਾਂ ਚ ਨਿਮਰਤਾ ਉਹਨਾਂ ਚ ਬੋਲੀ ਐਸੀ ਤੁਹਾਨੂੰ ਮਿਲੇਗੀ ਤੁਸੀਂ ਕਹੋਗੇ ਕਿ ਕਿਹੜੇ ਫਰਿਸ਼ਤੇ ਨੇ ਕਿਉਂਕਿ ਉਹਨਾਂ ਸੰਸਕਾਰ ਪਿਓ ਨੇ ਅਜੇ ਦਿੱਤੇ ਆ ਮੇਰੀਆਂ ਕਰਦੀਆਂ ਬੀਬੀਆਂ ਰਿਸਪੈਕਟਡ ਵਿਮਨ ਉਹ ਐਹੋ ਜੀਆਂ ਨੇ ਤੁਸੀਂ ਉਹਨਾਂ ਦੇ ਮੂੰਹ ਚ ਫੁੱਲ ਕਰਦੇ ਨੇ ਉਹ ਜੀਤ ਬਗੈਰ ਗੱਲ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਸਰਦਾਰ ਦੀ ਇੱਜ਼ਤ ਦਾ ਸਵਾਲ ਆ ਉਮਨੋਗਾ ਤੇ ਸਾਡਾ ਸਰਦਾਰ ਆ ਗਿਆ ਸਾਰੇ ਘਰ ਦੇ ਕਹਿੰਦੇ ਸਾਡਾ ਬਾਈ ਜੀ ਐ ਅਸੀਂ ਕੋਈ ਕੰਮ ਇਹੋ ਜਿਹਾ ਨਾ ਕਰੀਏ ਜਿਹਦੇ ਨਾਲ ਸਾਡੇ ਸਰਦਾਰ ਦੀ ਪੱਗ ਨੂੰ ਦਾਗ ਲੱਗੇ ਇਹ ਕੀ ਹੈ ਜੀ ਸੰਸਕਾਰ ਨੇ ਪਰਿਵਾਰਕ ਰੂਪ ਤੇ ਠੀਕ ਹੈ ਹਿਮਿਤ ਜੀ ਮੇਰਾ ਬੱਚਾ ਜਾ ਕੇ ਇਹ ਬੇਹੋਦਾ ਅਲਫਾਜ਼ ਬੋਲਦਾ ਕਿ ਤੁਸੀਂ ਅਤਬਦੀ ਤੁਸੀਂ ਫਕਬਦੀ ਤੁਸੀਂ ਫਲਨਾਂ ਇਹ ਸੰਸਕਾਰ ਉਹ ਕਿਨੇ ਦਿੱਤੇ ਆ ਕਿਉਂਕਿ ਆਪ ਦੀ ਬੋਲੀ ਨਹੀਂ ਬੋਲ ਰਿਆ ਇਹ ਸੰਸਕਾਰ ਉਹਦੇ ਮਾਪੇ ਦੇ ਵਿੱਚੋਂ ਦੀ ਆਏ ਆ ਇਹ ਸੰਸਕਾਰ ਉਹਨੂੰ ਉਸ ਪੋਲਿਟਿਕਲ ਪਾਰਟੀਆਂ ਨੇ ਦਿੱਤੇ ਨੇ ਜਿਹੜੇ ਆਪ ਇਦਾਂ ਤੇ ਨਹੀਂ ਰਾਈਟ ਉਹਦਾ ਕੋਈ ਕਸੂਰ ਨਹੀਂ ਛੋਟਾ ਬੱਚਾ ਕੋਰਾ ਕਿਤਾਬ ਤੁਸੀਂ ਲਿਖੋ ਕੀ ਲਿਖਣਾ ਹੈ ਉਹਦੇ ਉੱਤੇ ਉਹ ਲਿਖਿਆ ਗਿਆ ਉਹਦੇ ਉੱਤੇ ਜਿਹਨੇ ਥੱਪੜ ਮਾਰਿਆ ਉਹਨੇ ਆਪਣੇ ਆਨਰ ਤੇ ਅਣਖ ਪਿੱਛੇ ਮਾਰਿਆ ਕਿ ਉਹਦੇ ਵਿੱਚ ਮੇਰੀ ਵੀ ਮਾਂ ਸੀ ਜੀਨਾ ਤੂੰ ਕਹਿ ਰਹੀ ਹੈ ਕਿ ਇੱਕ ਕਿਰਾਏ ਦੀਆਂ ਲੈਂਦੀਆਂ ਬੁੜੀਆਂ ਨੇ ਤੁਸੀਂ ਇਸਤੇਮਾਲ ਅਲਫਾਜ਼ ਕਰ ਸਕਦੇ ਹੋ ਕਿਸੇ ਦੇ ਮਾਪੇ ਬਾਰੇ ਕੋਈ ਉਹ ਥੋੜਾ ਜਿਹਾ ਤੂੰ ਪ੍ਰੈਸ ਵਾਲਾ ਬੈਠਾ ਇਹ ਅਲਫਾਜ਼ ਮੂੰਹ ਚੋਂ ਕੱਢ ਸਕਦਾ ਕਿ ਤੇਰਾ ਬੁढ़ा ਤੇਰੀ ਬੁੜੀ ਤੁਸੀਂ ਬਕਾਉ ਕਹਿ ਸਕਦੇ ਹੋ ਨਹੀਂ ਦੱਸੋ ਜੀ ਕਹਿ ਸਕਦੇ ਹੋ ਜਵਾਬ ਨਹੀਂ ਨਾ ਇਹ ਗੱਲ